6 ਧੀਆਂ ਦੇ ਪਿਓ ਦਾ ਕਤਲ ਕੀਤਾ ਗਿਆ। ਘਰ ਦੇ ਵਿੱਚ ਵੜ ਕੇ ਇਹ ਵਾਰਦਾਤ ਕੀਤੀ ਗਈ। ਵਿਹੜੇ ਦੇ ਵਿੱਚੋਂ ਖੂਨੋ ਖੂਨ ਹੋਈ ਲਾਸ਼ ਮਿਲੀ ਹੈ। 6 ਧੀਆਂ ਦਾ ਪਿਤਾ ਸੀ, ਜਿਸ ਦੀਆਂ 3 ਧੀਆਂ ਦੇ ਵਿਆਹ ਹੋ ਚੁੱਕੇ ਨੇ ਔਰ 3 ਦੇ ਹਾਲੇ ਕਰਨੇ ਸੀ, ਤਾਂ ਘਰ ਦੇ ਵਿੱਚ ਇਕੱਲਾ ਸੀ। ਬਦਮਾਸ਼ਾਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਇਸ ਪਿਓ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਸਿਰ 'ਤੇ ਤੇਜ਼ ਧਾਰ ਹਥਿਆਰ ਮਾਰ ਕੇ ਇਸ ਦਾ ਕਤਲ ਕੀਤਾ ਗਿਆ। ਫਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਵਿੱਚ 60 ਸਾਲ ਦੇ ਵਿਅਕਤੀ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ। ਘਰ ਦੇ ਵਿਹੜੇ ਦੇ ਵਿੱਚੋਂ ਇਸ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਦੀ ਪਤਨੀ ਅਤੇ 3 ਬੇਟੀਆਂ ਰਿਸ਼ਤੇਦਾਰੀ ਦੇ ਵਿੱਚ ਗਈਆਂ ਹੋਈਆਂ ਸੀ, ਜਿਸ ਤੋਂ ਬਾਅਦ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਮੌਕੇ 'ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ, ਪਿੰਡ ਦੇ ਲੋਕ ਪਹੁੰਚ ਗਏ, ਭਾਰੀ ਇਕੱਠ ਹੋ ਗਿਆ। ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਸ ਦੇ ਵੱਲੋਂ ਇਹ ਵੈਰ ਕੱਢਿਆ ਗਿਆ, ਕਿਸ ਨੀਅਤ ਨਾਲ ਇਸ ਸ਼ਖਸ ਦਾ ਕਤਲ ਕੀਤਾ ਗਿਆ। 6 ਧੀਆਂ ਦਾ ਪਿਓ ਸੀ, ਜਿਸ ਨੂੰ ਘਰ ਦੇ ਵਿੱਚ ਵੜ ਕੇ ਮੌਤ ਦੇ ਘਾਟ ਉਤਾਰਿਆ ਗਿਆ। ਜਿਨ੍ਹਾਂ ਦਾ ਮਰਡਰ ਹੋਇਆ ਜੀ, ਉਹਦੇ ਘਰ ਵਾਲੀ ਪਿਆਰਾ ਸਿੰਘ ਦੇ ਘਰ ਵਾਲੀ ਆਪਣੇ ਘਰ ਗਈ ਸੀ। ਉਹਨਾਂ ਨੇ ਦੱਸਿਆ ਵੀ ਮੇਰੇ ਘਰ ਵਾਲ ਦਾ ਕਿਸੇ ਨੇ ਸੱਟਾ ਮਾਰ ਕੇ ਕਤਲ ਕਰਤਾ ਜੀ। ਬਾਅਦ ਦੇ ਵਿੱਚ ਅਸੀਂ ਉੱਥੇ ਮੈਡਮ ਐਸ ਐਚ ਓ ਨੂੰ ਰਿਪੋਰਟ ਕਰਤੀ। ਕਾਰਨ ਨਹੀਂ ਪਤਾ ਲੱਗਿਆ ਕੀ ਹੋਇਆ ਜੀ? ਕਾਰਨ ਤਾਂ ਨਹੀਂ ਪਤਾ ਲੱਗਿਆ ਜੀ, ਬੰਦਾ ਤਾਂ ਬਹੁਤ ਚੰਗਾ ਸੀ। ਹਾਂਜੀ, ਪਿੰਡ ਦੇ ਵਿੱਚ ਇਕੱਲੇ ਇੱਥੇ ਖੇਤ ਦੇ ਵਿੱਚ ਇਕੱਲੇ ਰਹਿੰਦੇ ਸੀ? ਹਾਂਜੀ, ਖੇਤ 'ਚ ਇਕੱਲੇ ਰਹਿੰਦੇ ਸੀ। ਇਹਨਾਂ ਦੇ ਜਵਾਕ ਕੋਈ? ਜਵਾਕ 6 ਕੁੜੀਆਂ ਜੀ ਇਹਦੇ। ਹਾਂਜੀ, 3 ਕੁੜੀਆਂ ਵਿਆਹੀਆਂ, 3 ਕੁੜੀਆਂ ਕੁਆਰੀਆਂ, ਬੇਟਾ ਹੈ ਨਹੀਂ ਗਾ। ਜਦੋਂ ਘਟਨਾ ਹੋਈ ਇਹ ਬੱਚੇ ਵੀ ਇਹਨਾਂ ਦੇਖੇ ਸੀਗੇ? ਨਹੀਂ, ਬੱਚੇ ਹੈ ਨਹੀਂ ਸੀ। ਉਹ ਕਹਿੰਦੇ, ਉਹਦੇ ਘਰ ਵਾਲੀ ਕਹਿੰਦੀ ਵੀ ਅਸੀਂ ਕੱਲ੍ਹ ਨਾ ਜੇ ਸਿੰਘ ਵਾਲੀ, ਇਹਨਾਂ ਦੀ ਬੇਟੀ ਵਿਆਹੀ ਇੱਕ, ਉਹਨੂੰ ਬੱਚਾ ਹੋਣ ਵਾਲਾ ਸੀ, ਵੀ ਉੱਥੇ ਰਾਤ ਉੱਥੇ ਗਏ ਸੀ ਅਸੀਂ। ਕਿੰਨੇ ਕੁ ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜੀ? ਇਹ ਰਾਤ, ਹਾਂਜੀ, ਜਦੋਂ ਹਾਦਸਾ ਵਾਪਰਿਆ ਹੈ? ਨਹੀਂ, ਹਾਦਸੇ ਦਾ ਨਹੀਂ ਪਤਾ ਸਰ, ਪਰ ਕਿੰਨੇ ਵਜੇ ਅੱਜ ਪਤਾ? ਅੱਜ ਸਵੇਰ 8:20 ਤੇ ਮੈਨੂੰ ਤਾਂ ਪਤਾ ਲੱਗਿਆ ਜੀ। ਉਦੋਂ ਪਤਾ ਲੱਗਿਆ, ਉਸ ਤੋਂ ਬਾਅਦ ਸਾਰਾ ਪੁਲਿਸ ਪ੍ਰਸ਼ਾਸਨ? ਹਾਂਜੀ, ਧੰਨਵਾਦ। ਇਹ ਪਿਆਰਾ ਸਿੰਘ ਨਾਂ ਦਾ ਵਿਅਕਤੀ ਹੈ ਜੀ, ਪਿੰਡ ਸ਼ੇਰ ਢਾਬ ਸ਼ੇਰ ਸਿੰਘ ਵਾਲਾ ਹੈ ਅਤੇ ਪੀ ਐੱਸ ਸਾਦਿਕ ਹੈ ਜੀ। ਇਹਨਾਂ ਦੀ 50 ਕੁ ਸਾਲ ਦੀ ਉਮਰ ਸੀ ਅਤੇ ਜਿਹੜਾ ਸਾਨੂੰ ਜਿਹੜੀ ਹੈ ਸਵੇਰੇ ਇੱਕ ਇਨਫੋਰਮੇਸ਼ਨ ਮਿਲੀ ਵੀ ਇਹਨਾਂ ਦਾ ਜਿਹੜਾ ਕਿਸੇ ਨੇ ਕਤਲ ਕਰ ਦਿੱਤਾ ਜੀ। ਪਰ ਮੌਕੇ 'ਤੇ ਜਿਹੜੀ ਹੈ ਸਾਰੀ ਪੁਲਿਸ ਪਹੁੰਚੀ, ਸਾਰੇ ਅਫਸਰ ਪਹੁੰਚੇ ਜੀ, ਅਤੇ ਜਦੋਂ ਜਾ ਕੇ ਦੇਖਿਆ ਵਾਕਈ ਉਹਦਾ ਜਿਹੜਾ ਹੈਗਾ ਹੈਡ ਇੰਜਰੀ ਸੀਗੀਆਂ, ਪਰ ਕਾਫੀ ਖੂਨ ਵਗੈਰਾ ਡੁੱਲਿਆ ਹੋਇਆ ਸੀਗਾ ਔਰ ਇਹ ਕਿਸੇ ਨੇ ਬੁਰੀ ਤਰ੍ਹਾਂ ਜਿਹੜੀ ਸੱਟਾਂ ਮਾਰ ਕੇ ਇਹਨੂੰ ਕਤਲ ਕਰਤਾ। ਇਹ ਜਿਸ ਤਰ੍ਹਾਂ ਇੱਕ ਬਲੰਟ ਵੈਪਨ ਵਰਤਿਆ ਲੱਗਦਾ, ਇੱਕ ਸ਼ਾਰਪ ਐਜਡ ਕੋਈ ਵੈਪਨ ਹੈਗਾ, ਕਿਉਂਕਿ ਹੈਡ ਇੰਜਰੀ ਹੈਗੀਆਂ ਅਤੇ ਕਿਸੇ ਤਿੱਖੀ ਚੀਜ਼ ਨਾਲ, ਮਤਲਬ ਕਿ ਬਸ ਜੀ ਅਜੇ ਜਿਹੜੀ ਹੈਗੀ ਆ ਤਫਤੀਸ਼ ਜਿਹੜੀ ਸ਼ੁਰੂ ਹੋ ਗਈ ਹੈਗੀ ਆ, ਫੋਰੈਂਸਿਕ ਟੀਮਸ ਆ ਗਈਆਂ ਹੈਗੀਆਂ, ਤਾਂ ਇਸ ਤੋਂ ਇਲਾਵਾ ਡੋਗ ਸਕਾਊਟ ਸਾਰੇ ਹੈਗੇ ਆ, ਇਹਨੂੰ ਜਲਦੀ ਅਸੀਂ ਕਰੈਕ ਕਰ ਲਵਾਂਗੇ।